ਮਜਮ ਡੇਰੇ ਸਲਵਾਤ ਦੇ ਆਵਾਜ਼ ਢਿੱਲੀ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਅੱਲਾਹੁਮਾ ਸੱਲਿ ਅਲਾ। ਆਪਣੇ ਆਪਣੇ ਜਾਇਜ਼ ਹਾਜਾਤ ਦੀ ਕਬੂਲੀਅਤ ਵਾਸਤੇ ਸਲਵਾਤ ਪੜ੍ਹੋ ਅੱਲਾਹੁਮਾ ਸੱਲਿ ਅਲਾ। ਨਾਰੇ ਤਕਬੀਰ, ਅੱਲਾਹੁ ਅਕਬਰ, ਨਾਰੇ ਰਿਸਾਲਤ, ਯਾ ਰਸੂਲ ਅੱਲਾ, ਨਾਰੇ ਹੈਦਰੀ, ਯਾ ਅਲੀ ਅਲੈਹਿ ਸਲਾਤੁ ਵਸਲਾਮ, ਇਬਾਦਤ ਹੈ ਮਿਲ ਕੇ ਹੈਦਰੀ, ਯਾ ਅਲੀ ਅਲੈਹਿ ਸਲਾਤੁ ਵਸਲਾਮ, ਕੁਝ ਬੰਦੇ ਸ਼ਾਮਿਲ ਨਹੀਂ ਹੋਏ ਮਿਲਾ ਕੇ ਹੈਦਰੀ, ਯਾ ਅਲੀ ਅਲੈਹਿ ਸਲਾਤੁ ਵਸਲਾਮ, ਚੌਥਾ ਨਾਰਾ ਹੈਦਰੀ, ਯਾ ਅਲੀ ਅਲੈਹਿ ਸਲਾਤੁ ਵਸਲਾਮ, ਅਵਲ ਤੋਂ ਆਖਿਰ ਦੋਵੇਂ ਹੱਥ ਬੁਲੰਦ ਕਰਕੇ ਪੰਜਵਾਂ ਨਾਰਾ ਹੈਦਰੀ, ਯਾ ਅਲੀ ਅਲੈਹਿ ਸਲਾਤੁ ਵਸਲਾਮ, ਸਲਵਾਤ ਬੁਲੰਦ ਆਵਾਜ਼ ਨਾਲ ਪੜੋ। أعوذ بالله من الشيطان اللعين الرجيم بسم الله الرحمن الرحيم صلوات وبه نستعين وصلى الله محمد ويا آل محمد سهني صلوات رب اشرح لي صدري و يسر لي عقدتم لساني يفقه قولي بحق لسان صدقا عليا وَصَلَاتُ وَسَلَامُ عَلَى سَيِّدِ الْجَلِيلِ الْمَخْدُومِ الْمَهْرُومِ جَرِي خَالِي وَلِيَّ ਜਿੰਦਾ ਭਿਰਾ ਕੋਈ ਨਾ ਆਈ ਜਿਹੜੀ ਢੇਰ ਜ਼ਖਮੀ ਆਈ ਮੁਜ਼ਫਰਗੜ ਵਾਲਿਓਂ ਸੁਬਾਹ ਦਾ ਜ਼ਿਕਰ ਸ਼ੁਰੂ ਹੈ ਥੋੜੇ ਬੰਦਿਆਂ ਹੈ ਕੀਤੀ ਏ ਮੇਰਾ ਦਿਲ ਬਣ ਗਈ ਮੈਂ ਤਾਰੁਫ ਕਰਾਵਾਂ ਕੌਣ ਆਈ ਹੁਸੈਨ ਦੀ ਮਾਂ ਮੁਜ਼ਫਰਗੜ ਵਾਲਿਓਂ ਉਹ ਬੀਬੀ ਆਈ ਜਿਹੜੀ ਆਦੀ ਆਈ ਮੈਂ ਉਹ ਗਰੀਬ ਜਿਹਨੂੰ ਧੀਆਂ ਦੇ ਸਾਹਮਣੇ ਮਰੇਂਦ ਰਹੇ ਆਨ ਅੱਗੇ ਮੇਰਾ ਸਬੀਆਏ ਰੱਬ ਲਿਜ਼ਾਤਾ ਕੋਈ ਲੰਬਾ ਨਹੀਂ ਪੜ੍ਹਨਾ ਮੇਰੇ ਬਾਅਦ ਮੁਲਕ ਦਾ ਢੇਰ ਸਾਰਾ ਇੱਜ਼ਤਦਾਰ
ਜ਼ਾਕਿਰ ਮਿੰਬਰ ਤੇ ਤਸ਼ਰੀਫ ਫਰਮਾਏ। ਹਰ ਮਿੰਬਰ ਤੇ ਆਦਰਾਂ ਦਾ ਰੋਂਦਾ ਹਰ ਬੰਦਾ ਨਹੀਂ ਰੋਂਦਾ, ਉਹ ਜਨ ਵਲੀ ਦੀਆਂ ਧੀਆਂ ਦੇ ਉਜੜਨ ਦਾ ਦਰਦ ਹੁੰਦਾ। ਜਿਸ ਮਕਾਮ ਤੇ ਬੈਠਣ ਪਿਆਦਾ ਆਇਆ ਏ ਰੱਬਾਲ ਇਜ਼ਾਦਾ, ਮੈਂ ਉਜੜੀ ਦੀ ਤੋੜੇ ਹੁਣ ਤਾਂ ਸੁਣ ਫਰਿਆਦ, ਲਹਿਬ ਪਾਉਂਦੇ ਜ਼ੇਵਾਰ ਅੱਲਾ ਰਾਸਣੀ ਦੇ ਮਾਥੀ ਦੇ ਪਿਓ ਤੇ ਪੁਤਾਰ ਆਜ਼ਾਦ। ਬਿਆ ਦਿਲ ਹਾਈ ਕਰ ਬਲ ਹੈ ਵਵਾਂ ਵਹਿ ਦੀਵਾ, ਕਫਨ ਕਿਵੇਂ ਆਬਾਦ, ਵਾਲੇ ਦਸਣਾਏ ਅਲਮਾ ਵਾਲੇ ਕੁਆਂ ਅਸਾਂ ਰੁਲ ਗਏ ਤੇਰੇ ਬਾਦ। ਸੋਹਣਾ ਹਿੱਸਾ ਮਿਲ ਗਿਆ ਹੁਸੈਨ ਦੀ ਧੀ ਦੀ ਦੁਆ, ਜਿਵੇਂ ਰੱਤ ਰੋਣ ਵਾਲੇ ਸੁਣੀ ਇੰਜ ਕਹਿ ਨਹੀਂ ਸੁਣੀ, ਅੱਖਾਂ ਵਸ ਪਈਆਂ ਭੈਣ ਦੇ ਰੋਵਣ ਦੀ ਆਵਾਜ਼, ਕੰਨਾਂ ਤੇ ਆਈ ਅੱਖ ਖੁੱਲ ਗਈ, ਬੀਬੀਆਂ ਦੀ ਬਾਗਰ ਜੀ ਵੀ ਕੈ ਰੁਆਈ, ਸੈਯਦਾਂ ਦਾ ਭੈਣ ਤੇਰੇ ਦੁੱਖਾਂ ਰੁਆਇਆ ਹੈ ਸਜਾਦ, ਮੈਂ ਦੁਆ ਨ ਮੰਗਾ ਰਾਤ ਵੱਧ ਗਈ ਹੈ, ਰੋ ਗਿਆ ਦਾ ਬੈਠਾ ਹਰ ਕੋਈ ਮੰਗੇ ਹਰ ਗਏ ਵੰਜਣਾ ਹੈ, ਤੈ ਸ਼ਾਮ ਰਹਿਣਾ ਹੈ ਸ਼ਾਮ ਦਾ ਨਾਮ ਆਉਣਾ, ਜਿਨ੍ਹਾਂ ਦੀ ਛੋਟੀ ਔਲਾਦ ਯਵੇਣੀ ਦੇ ਬਿਰਾ ਟੁਰਾਇਓ ਬਿਰਾਦ, ਗੱਲ ਜੁਸੈਨ ਦੀ ਪਈ ਪਾਈਆਂ, ਰੋ ਗਿਆ ਦੇ ਸਜਾਦ ਅੱਗੇ ਦੁਆ ਪਈ ਮੰਗਦੀ ਆਏ, ਹੁਣ ਹਸਰਤ ਜੇ ਫਰਦੋਵੇਂ ਪੂਰੀ ਕਰੇ ਆਦਾ ਬੈਠਾ ਭੈਣ, ਕਿਹੜੀ ਹਸਰਤ ਦਿਲ ਚ ਕਬਰ ਹੁਸੈਨ ਹੋਵੇ ਹੈ ਨਗਰ ਦਿਲ ਹੀ ਨਹੀਂ ਮਨੇਦਾ, ਭੈਣ ਬਿਰਾਦ ਗੱਲ ਚ ਪਈ ਪਾਈਆਂ ਤੇ ਹੁਸੈਨ ਚਾਚਾ ਉਚਾਰੀ ਆਇਆ, ਬੀਬੀਆਂ ਦੀਆਂ ਜੇ ਦਫਾਨ ਕਰੇ ਦਾਏ ਆਏ ਸ਼ਾਮ ਦਵਾ ਜਾਏ, ਕਮਨਾ ਤੁਜੜੀ ਤੇ ਲਾਵੇ ਵਾਮਤਾ ਸ਼ਿਮਰੇ ਆਵੇ, ਮੇਰੇ ਕਬਾਰ ਉੱਤੇ ਨਾ ਵੀਰ ਨਿਸ਼ਾਨ। ਭਲੋ ਵੀ ਭਲੋ ਵੀ ਭਲੋ ਵੀ ਭਲੋ ਵੀ, ਬਸ ਇਸ ਤਰ੍ਹਾਂ ਪੜ੍ਹਨਾ ਆਈ, ਦੁਆ ਮੰਗੀ ਕਰ ਧੀ ਅਮੀਰ ਦੀ ਹੋਵੇ ਜਾਂ ਧੀ ਗਰੀਬ ਦੀ ਹੋਵੇ, ਦੁਆ ਮੰਗੀ ਕਰ ਧੀ ਦੁਸ਼ਮਣ ਦੀ ਹੋਵੇ, ਛਲ ਉਹਦੀ ਕੰਡ ਖਾਲੀ ਨਾ ਹੋਵੇ। ਕੋਈ ਢੇਰ ਨਹੀਂ ਪੜ੍ਹਨਾ, ਦੋ ਜਾਂ ਚਾਰ ਮਿੰਟ ਦੀ ਤਮੀਦ ਇੱਕ ਵੈਣ ਮਿੰਬਰ ਬਜ਼ੁਰਗਾਂ ਦੇ ਹਵਾਲੇ। ਕਰਬਲਾ ਦੇ ਮੈਦਾਨ 'ਚ ਘੱਟ ਤੋਂ ਘੱਟ ਸ਼ਹੀਦਾਂ ਦੀ ਤਾਦਾਦ ਹੈ 72, ਜ਼ਿਆਦਾ ਤੋਂ ਜ਼ਿਆਦਾ ਤਾਦਾਦ ਹੈ 144। ਮੁਜ਼ੱਫਰਗੜ੍ਹ ਵਾਲਿਓਂ ਕਿਹੜਾ ਆਜ਼ਾਦਾਰ ਹੈ ਜਿਹੜਾ ਹੈ ਨਹੀਂ ਕਰਿੰਦਾ, 144 ਚੁਨਾ 3 ਮਸਤੂਰਾਂ ਸ਼ਹੀਦ ਹਨ, 141 ਮਰਦਾਂ 'ਚੋਂ ਸਭ ਤੋਂ ਜ਼ਿਆਦਾ ਮੁਸਲਮਾਨਾਂ ਅੱਬਾਸ ਨੂੰ ਮਾਰਿਆ, ਜਿਹੜਾ ਅਮੀਰ ਹੀ ਹੈ ਨਹੀਂ ਕਰ ਸਕਿਆ, ਜਿਹੜਾ ਆਜ਼ਾਦਾਰ ਹੀ ਉਹਦੇ ਦੱਬੇ ਬਸ ਹੈ ਨਿਕਲ ਗਈ ਹੈ। ਮੈਂ ਕਿਹਾ ਸਭ ਤੋਂ ਜ਼ਿਆਦਾ ਅੱਬਾਸ ਨੂੰ ਮਾਰੇ ਨੇ, 120 ਬੀਬੀਆਂ ਹਨ ਜਿਹੜੀਆਂ ਕਰਬਲਾ 'ਚ ਸ਼ਾਮ ਗਈਆਂ, ਮਸਤੂਰਾਂ 'ਚ ਉਹਨਾਂ ਚਾਚਾ ਸਭ ਤੋਂ ਜ਼ਿਆਦਾ ਮੁਸਲਮਾਨਾਂ ਆਉਣ ਦੀ ਮਾਰ ਨੂੰ ਮਾਰੇ। ਜਿਹਨੂੰ ਸਮਝ ਆਈ ਉਹ ਜ਼ਾਹਿਰ ਕੀਤੀ, ਮੈਂ ਇੱਕ ਵੰਡ ਦੱਸਣੀ ਹੈ, ਢੇਰ ਪੜ੍ਹਨਾ ਜ਼ਾਕਰ ਹੀ ਨਹੀਂ ਆਉਂਦਾ, ਇੱਕ ਪੈਗਾਮ ਦੇਵਣਾ। ਮੈਂ ਕਿਹਾ ਮਰਦਾਂ 'ਚੋਂ ਅੱਬਾਸ ਨੂੰ ਮਾਰੇ ਨੇ, ਮਸਤੂਰਾਂ 'ਚੋਂ ਆਉਣ ਦੀ ਮਾਰ ਨੂੰ ਮਾਰੇ ਨੇ, ਇਹ ਫਰਕ ਮੁਜ਼ੱਫਰਗੜ੍ਹ ਵਾਲਿਆ ਤੈਨੂੰ ਸਮਝ ਆ ਗਿਆ, ਜਿੱਥੇ ਬਸ ਹੈ ਉੱਥਾਂ ਹੀ ਹਾਈ ਕਰੇ। ਜਿਹੜੇ ਆਜ਼ਾਦਾਰ ਹੋ, ਮੈਂ ਕਿਹਾ ਮਰਦਾਂ 'ਚੋਂ ਅੱਬਾਸ ਨੂੰ ਮਾਰੇ ਨੇ, ਮਸਤੂਰਾਂ 'ਚੋਂ ਆਉਣ ਦੀ ਮਾਰ ਨੂੰ ਮਾਰੇ ਨੇ, ਫਰਕ ਬੜਾ ਹੈ। ਅੱਬਾਸ ਦੇ ਹੱਥ ਕੱਟ ਕੇ ਮਾਰੇ ਨੇ, ਭੈਣ ਦੇ ਹੱਥ ਬੰਨ ਕੇ ਮਾਰੇ ਨੇ, ਅੱਬਾਸ ਨੂੰ ਇੱਕ ਜਾ ਤੇ ਮਾਰਿਆ ਨੇ, ਭੈਣ ਨੂੰ 72 ਬਾਜ਼ਾਰਾਂ 'ਚ ਮਾਰਿਆ ਨੇ। ਭਲੋ ਵੀ ਭਲੋ ਵੀ ਭਲੋ ਵੀ ਜਿਹੜੇ ਹੈ ਬੈਠੇ ਕਰਿੰਦੇ ਹੋ। ਮੈਂ ਕਿਹਾ ਅੱਬਾਸ ਦੇ ਹੱਥ
ਕੱਟ ਕੇ ਮਾਰੇ ਇਹਨੇ, ਬੈਣ ਦੇ ਹੱਥ ਬੰਨ ਕੇ ਮਾਰੇ ਇਹਨੇ। ਜਿਤਨੇ ਅਜ਼ਾਦਾਰ ਹੋ ਕਿਸ ਰੰਗ ਨਾਲ ਮਾਰੇ ਇਹਨੇ, ਮੇਰੀ ਜ਼ੁਬਾਨ ਵਿੱਚ ਤਾਕਤ ਨਹੀਂ। ਜਦੋਂ ਅਲੀ ਦੀ ਵਤਨ ਤੇ ਵੱਲ ਆਈ ਹੈ ਨਾ, ਜਨਾਬ ਮੁਸਲਿਮ ਦੀ ਹਮਸ਼ੀਰਾ ਹੈ ਉਮੇ ਲੁਕਮਾਨ ਬੀਬੀ, ਉਮੇ ਲੁਕਮਾਨ ਬੀਬੀ ਦੀ ਨਿਗਾਹ ਪਈ ਆ ਉਹਨ ਦੀ ਮਾਂ ਦੇ ਚਿਹਰੇ 'ਤੇ, ਬਿਲਾ ਤਸ਼ਬੀਹ ਅਜੇ ਹੱਥ ਜੁੜ ਗਏ ਅਤੇ ਹੱਥ ਜੋੜ ਕੇ ਦੀ ਬੀਬੀ ਜਿਤਨੀਆਂ ਕਰਬਲਾ 'ਚ ਵਲੀਆਂ ਜ਼ਖਮੀ ਸਾਰੀਆਂ ਨੇ। ਬੀਬੀ ਸੁਜਾਣਨ ਦੇ ਕਾਬਿਲ ਕੋਈ ਬੀਬੀ ਕੋਈ ਨਹੀਂ, ਮਗਰ ਅੱਲਾ ਦੇ ਨਾਂ 'ਤੇ ਦੱਸਾ ਤੁਹਾਡਾ ਚਿਹਰਾ ਕਿਉਂ ਢੇਰ ਜ਼ਖਮੀ ਹੈ। ਆਉਣ ਦੀ ਮਾਂ ਦੀ ਡਾਹ ਨਿਕਲ ਗਈ ਅਤੇ ਰੋ ਕੇ ਦੇ ਹੈਂ ਉਮੇ ਲੁਕਮਾਨ, ਅਗਰ ਕੋਈ ਪੱਥਰ ਤੇਰੇ ਚਿਹਰੇ ਵਾਲੇ ਪਾਸੇ ਮਰੀ ਵੇ, ਹੈਂ ਉਮੇ ਲੁਕਮਾਨ ਦਿਫਾ ਕਿਵੇਂ ਕਰੇ ਸੇ। ਬੀਬੀ ਆਦੇ ਕਿਵੇਂ ਦਿਫਾ ਕਰੇ ਸਾਂ, ਬਿਲਾ ਤਸ਼ਬੀਹ ਮੈਂ ਹੱਥਾਂ ਨਾਲ ਦਿਫਾ ਕਰੇ ਸਾਂ, ਹੱਥਾਂ ਦਾ ਨਾਮ ਮੰਗਣਾ। ਆਉਣ ਦੀ ਮਾਂ ਦੀ ਡਾਹ ਨਿਕਲ ਗਈ ਹੈ ਅਤੇ ਬੀਬੀ ਰੋ ਕੇ ਦੇ ਵਾ, ਆਪ ਦੱਸਾ ਪੱਥਰਾਂ ਦੀ ਬਾਰਿਸ਼ ਹੋਵੇ, ਹੱਥ ਰੁੱਥੇ ਹੋਏ ਹੋਵੇ, ਪੱਥਰ ਮਾਰਨ ਵਾਲੇ ਐਲਾਨ ਕਰਨ ਪੱਥਰ ਮਾਰੋ, ਬਾਗੀ ਦੀਆਂ ਵਿਹਣੀਆਂ ਆ ਗਈਆਂ। ਉਸ ਵੇਲੇ ਮਾਂ ਦੀ ਕੰਡ ਤੋਂ ਮੱਥਾ ਜਾ ਕੇ ਆਦੀਆਂ, ਪੱਥਰ ਬੇਸ਼ੱਕ ਮਾਰੋ ਮੇਰੇ ਭਰਾ ਨੂੰ, ਬਾਗੀ ਨਾ ਆਖੋ। ਬੀਬੀ ਆਦੇ ਇਹੋ ਹੁਸੈਨ ਬਚਾਵਣ ਬਾਜ਼ਾਰ ਆ ਗਈਆਂ, ਦੁਆ ਕਰੋ ਮੇਰਾ ਹੁਸੈਨ ਬਚ ਪੋਵੇ। ਬਸ ਬਈ ਖਤਮ ਹੋ ਗਈ ਮਜਲਿਸ, ਕਿਤਨਾ ਮਾਰੇ ਇਹਨੇ, 1400 ਸਾਲ ਹੋ ਗਏ ਨਾ, ਅਰਮਾਨ ਹੀ ਇੱਕੇ ਗੱਲ ਦਾ, ਤਾਂ ਨਾ ਗਰਮੀ ਦਾ ਪੱਤਾ, ਨਾ ਸਰਦੀ ਦਾ ਪੱਤਾ, ਨਾ ਬਾਜ਼ਾਰ ਦਾ ਪੱਤਾ। ਹਾਏ ਹੁਸੈਨ ਹਾਏ ਜ਼ੈਨਬ, ਦੀਆਂ ਭੈਣਾਂ ਨਾਲ ਰਲਾ ਕੇ ਹਾਏ ਹੁਸੈਨ ਹਾਏ ਜ਼ੈਨਬ ਵਧੇ ਕਰਦੇ ਹੈ। ਸਾਡੇ 'ਤੇ ਇਤਰਾਜ਼ ਨਾ ਕਰ, ਸਾਡੇ ਕੋਲ ਪੁੱਛ ਸਾਡਾ ਨੁਕਸਾਨ ਕਿਤਨਾ ਹੋਇਆ। ਅਰਮਾਨ ਹਿੱਕੇ ਗੱਲ ਦਾ, ਜਿਹਨੂੰ ਹਵੇਲੀ 'ਚ ਮੌਤ ਆਵਣੀ ਆਈ ਨਾ, ਉਹ ਬਾਜ਼ਾਰ ਆ ਗਈ ਹੈ। ਜਿਹਦਾ ਜਨਾਜ਼ਾ ਭਿਰਾਵਾਂ ਚਾਵਣਾ, ਆ ਸ਼ਾਮ ਦੇ ਬਾਹਰੋਂ ਉਹਦੇ ਮਈਆ ਚਵਾਵਣ ਵਾਲਾ ਕੋਈ ਨਹੀਂ। ਕਿਤਨਾ ਮੁਸਲਮਾਨਾਂ ਮਾਰੇ ਹੈ, ਮੇਰੀ ਜ਼ੁਬਾਨ 'ਚ ਤਾਕਤ ਨਹੀਂ, ਜਿਹੜੇ ਜ਼ਵਾਰ ਉਹ ਗਵਜ ਦਿਵੇ। ਬਸ ਮੈਂ ਢੇਰ ਪੜ ਗਈਆਂ, ਕਿਤਨਾ ਮਾਰੇ ਇਹਨੇ, ਕਰਬਲਾ ਦੇ ਮੈਦਾਨ ਤੋਂ ਲੈ ਕੇ ਸ਼ਾਮ ਦੇ ਜ਼ਿੰਦਾਨ ਤਾਈਂ। 1000 ਮੌਜੂਜ਼ੇ ਹੁਸੈਨ ਬਾਦਸ਼ਾਹ ਦੇ ਸਰ 'ਚ, ਕਿਤਾਬ ਦਾ ਨਾਂ ਹੈ ਮਦੀਨਾ ਸੇ ਮਦੀਨਾ ਤੱਕ। ਇੱਕ ਮੌਜੂਜ਼ਾ ਮੈਂ ਤੇਰੇ ਹਵਾਲੇ ਕਰਨਾ, ਕਿਤਨਾ ਮਾਰੇ ਇਹਨੇ। ਮੁਸਲਮਾਨ ਰਾਵੀ ਨਹੀਂ, ਈਸਾਈ ਰਾਵੀ ਹੈ, ਨਾਮ ਹੈ ਅਬਦੁਲ ਮਸੀਹ। 5 ਜਾਂ 6 ਸਾਲ ਦੀ ਧੀ ਨੂੰ ਲੈ ਕੇ ਬਾਜ਼ਾਰ 'ਚ ਪੀਏ ਗੁਜ਼ਰਦਾ, ਇਹਦੇ ਮੇਰੀ ਧੀ ਦੀ ਅੱਖਾਂ ਦੀ ਬਿਨਾਈ ਹੈ ਕੋਈ ਨਾ, ਇਹਨੂੰ ਅੱਖਾਂ 'ਚੋਂ ਨਜ਼ਰ ਦਾ ਕੁਝ ਨਹੀਂ। ਮੈਂ ਇਲਾਜ ਵਾਸਤੇ ਬੜੇ ਬੜੇ ਮੁਲਕਾਂ ਦੇ ਸਫ਼ਰ ਕੀਤੇ, ਇਹਦਾ ਕਿਸਮਤ ਮੈਨੂੰ ਬਾਜ਼ਾਰ 'ਚੋਂ ਗੁਜ਼ਾਰੇ। ਮੈਂ ਡਿੱਠਾ ਜੋ ਬਾਜ਼ਾਰ ਸੱਜੇ ਹੋਏ ਨੇ, ਔਰਤਾਂ ਮਕਾਨਾਂ ਦੀਆਂ ਛੱਤਾਂ 'ਤੇ ਆਈਆਂ ਹੋਈਆਂ, ਮਰਦ ਹਯਾਤੀ ਵੀ ਬਾਜ਼ਾਰ 'ਚ ਆਏ ਹੋਏ ਨੇ, ਜ਼ਰਕ ਬਰਕ ਲਿਬਾਸ ਪਾ ਕੇ ਨਾ, ਇੱਕ ਬਜੇ ਦੇ ਗੱਲ 'ਚ ਬਈ ਪਾ ਕੇ ਮੁਬਾਰਕਬਾਦੀਆਂ ਵਧੇ ਦਿੰਦੇ ਨੇ। ਇਹਦਾ ਤੋੜੇ ਮੈਂ ਈਸਾਈ ਆ, ਮੈਂ ਸੋਚਿਆ ਬਈ ਮੁਹਰਮ 'ਚ ਮੁਸਲਮਾਨਾਂ ਦੀ ਈਦ ਨਹੀਂ ਆਉਂਦੀ, ਅੱਲਾ ਜਾਣੇ ਇੰਨਾ ਖੁਸ਼ੀ ਕਿਉਂ ਮਨਾਈਏ। ਇਹੋ ਗਰਜ਼ ਲੈ ਕੇ ਟੁਰ ਪਈਏ, ਇੱਕ ਸਿਪਾਹੀ ਦੇ ਕੋਲ ਹੈ, ਸਿਪਾਹੀ ਦੇ ਪਾਸ ਵੇਖ ਕੇ ਆਦਾ, ਸਿਪਾਹੀ ਮੇਰਾ ਸਲਾਮ ਹੋਵੀ, ਇਹ ਆਦਾ ਮੇਰੇ ਸਲਾਮ ਹੋਵੀ, ਕਿਵੇਂ ਆਇਆ ਏ, ਆਦਾ ਪੁੱਛਣ ਆਇਆ ਤੁਹਾਡੀ ਤਾਂ ਕੋਈ ਨਾ ਆਈ, ਵੱਧ ਬਾਜ਼ਾਰ ਕਿਉਂ ਸਜਾਏ ਨੇ, ਆਦਾ ਤੂੰ ਨਹੀਂ ਜਾਣਦਾ ਸਾਡੇ ਬਾਦਸ਼ਾਹ ਦੀ ਬਾਗੀ ਨਾਲ ਜੰਗ ਹੋਈ ਏ, ਫਤਿਹ ਹੋਈ ਏ, ਅਸਾਂ ਜਸ਼ਨ ਪਏ ਮਨਾਉਂਦੇ ਆਏ। ਅਬਦੁਲ ਮਸੀਹ ਦੀ ਆਵਾਜ਼ ਆਉਂਦੀ, ਯਾਰ ਦੱਸਾ ਜੰਗ ਕਿੱਥੇ ਹੋਈ ਏ, ਆਦਾ ਕਰਬਲਾ ਹੋਈ ਏ, ਕਰਬਲਾ ਦਾ ਨਾਮ ਆਉਣਾ ਹੱਥ ਜੋੜ ਗਿਆ, ਆਦਾ ਕਿਤਨੇ ਮਾਰਨ ਵਾਲੇ ਆਏ, ਨਾ ਤਾਂ 9 ਲੱਖ ਮਾਰਨ ਵਾਲਾ ਆਈ, ਆਦਾ ਮਰੀਜ਼ਾਂ ਨਾਲ ਕਿਤਨੇ ਆਏ, ਨਾ ਤਾਂ 72 ਆਈ, 72 ਦਾ ਨਾਮ ਈਸਾਈ ਬਾਂਦਾ ਬਾਂਦਾ ਮਿੱਟੀ ਦਬੈ ਗਈ ਆਇਆ, ਹੱਥ ਜੋੜ ਗਿਆ ਦਾ ਯਾਰ ਸਮਝ ਨਹੀਂ ਆਉਂਦੀ, ਉਹ 9 ਲੱਖ ਕਿਉਂ ਆਈ, ਉਹ 72 ਕਿਉਂ ਆਏ ਨਾ, ਆਦਾ ਨਰਵਾ ਆਉਂਦਾ ਇੱਕ ਫਿਰਾ ਜੈਦਾ ਨਾ ਬਾਸ ਆਈ, ਆਦਾ ਲੱਖਾਂ ਦੁਨਾਈ ਮਰੀਂਦਾ ਉਹਨੂੰ ਭੇਣ ਫਿਰਾ
ਅਬਦੁਲ ਮਸੀਹ ਦਾ ਮਰ ਗਿਓ ਆ ਮੇਰੀਆਂ ਅੱਖਾਂ ਨੋ ਮੈਂ ਨਾ ਮੈਂ ਬਾਜ਼ਾਰ ਨੂੰ ਡਿੱਠੋ ਹੋਇਆ ਅਬਦੁਲ ਮਸੀਹ ਦਾ ਮੈਂ ਡਿੱਠਾ ਹੈ ਮੈਨੂੰ ਦੀਵਾਰਾਂ ਤੇ ਖੂਨ ਨਜ਼ਰ ਆਇਆ ਆਇਆ ਹੱਥ ਜੋੜ ਗਿਆ ਦਾ ਯਾਰ ਪੱਗ ਲੱਗ ਗਈ ਹੈ ਈਸਾਈ ਸਮਝ ਕੇ ਮਜ਼ਾਕ ਕਰਨ ਆਇਆ ਆਦਾ ਮਜ਼ਾਕ ਨਹੀਂ ਆਦਾ ਵੱਧ ਰਸਾ ਜੰਗ ਕਰਬਲਾ ਹੋਈ ਹੈ ਖੂਨ ਬਜ਼ਾਰਾਂ ਚ ਕਿਵੇਂ ਆਇਆ ਆਇਆ ਆਦਾ ਨਰਵਾ ਜਿਹੜੀਆਂ ਕਰਬਲਾ ਚ ਬਚ ਗਈਆਂ ਇੱਥੇ ਇਤਨਾ ਮਾਰਿਆ ਨੇ ਜਿੱਥੋਂ ਲੰਘਦੀਆਂ ਗਈਆਂ ਦੀਵਾਰਾਂ ਲਾਲ ਹੁੰਦੀਆਂ ਗਈਆਂ ਆਦੇ ਪੱਥਰ ਮਾਰੇ ਨਾ ਯਾਦ ਆਈ ਨਾ ਮਾਰੋ ਮੇਰੇ ਮਾਣ ਮੁੱਕ ਗਏ ਇੰਜ ਨਹੀਂ ਜਿਤਨੇ ਅਜ਼ਾਦਾਰ ਹੈ ਕਰਕੇ ਰੋਂਦੇ ਪਏ ਮਿੰਬਰ ਦੀ ਕਸਮੇ ਅਬਦੁਲ ਮਸੀਹ ਤੁਰ ਵੀ ਆਇਆ ਆਦਾ ਅੱਖਾਂ ਨੋਵੇਂ ਨਾ ਜਿਹੜੇ ਵੇਲੇ ਮੈਂ ਅਗਲੇ ਬਾਜ਼ਾਰ ਚ ਕਦਮ ਰੱਖਾ ਹੈ ਮੇਰੀ ਨਿਗਾਹ ਪਈ ਹੈ ਕੁਝ ਸਾਰਾ ਹੈ ਜਿਹੜੇ ਸਾਂਗਾ ਤੇ ਸਵਾਰ ਆਏ ਨਾ ਅਬਦੁਲ ਮਸੀਹ ਸਰਵੇ ਦਾ ਆਇਆ ਦੇ ਜਵਾਨ ਸੋਹਣਾ ਲੜਿਓ ਸੀ ਆਦਾ ਅਗਲੇ ਸਰ ਤੇ ਨਿਗਾਹ ਪਈ ਆਦਾ ਇਹ ਜਵਾਨ ਸੋਹਣਾ ਲੜਿਓ ਸੀ ਵਾਦੇ ਕਈਓ ਜਾ ਸਰਦ ਨਿਗਾਹ ਪਈਏ ਅਬਦੁਲ ਮਸੀਹ ਦੀਆਂ ਅੱਖਾਂ ਵਸਦੀਆਂ ਆਈਆਂ ਦੁਆ ਦੇ ਹੱਥ ਵਧਾਂਦਾ ਆਇਆ ਹੈ ਜਿਵੇਂ ਜੋ ਦੀ ਖੜੀ ਆਈ ਆ ਦੇ ਬਾਬਾ ਰੋਂਦਾ ਵਹਿੰਦਾ ਹੈ ਨਸੈਂਦਾ ਕੁਝ ਨਹੀਂ ਆਦਾ ਮੰਗ ਦੁਆ ਇਹਦੇ ਮਰਨ ਤੋਂ ਪਹਿਲੇ ਇਹਦੀ ਮਾਂ ਮਰ ਗਈ ਹੋਵੇ ਪਾਸ ਨਾਲ ਆਵਾਜ਼ ਆਇਆ ਗਿੱਲੇ ਨਦੇ ਅਜਾ ਜੀਂਦੀਆਂ ਅਬਦੁਲ ਮਸੀਹ ਦਾ ਮੈਂ ਸਰ ਵੀ ਅਵੇ ਦਾਇਮ ਇੱਕ ਸਰਲ ਪਾਸ ਬੀਬੀ ਦਾ ਮੂੰਹ ਫਿਰ ਗਿਆ ਆਇਆ ਵੈਣ ਕਰਕੇ ਆ ਜੇ ਕੁਰਾਨ ਸੁਣਾ ਮੈਂ ਬਾਜ਼ਾਰ ਬੂਰ ਕਰਨਾ ਆਇਆ ਅਬਦੁਲ ਮਸੀਹ ਦਾ ਸਰ ਕੁਰਾਨ ਸ਼ੁਰੂ ਕੀਤਾ ਆਇਆ ਪਹਿਲੇ ਤਾਂ ਮੇਰੀ ਧੀ ਉਹਦਾ ਕੁਰਾਨ ਸੁਣਦੀ ਰਹੀ ਹੈ ਵਦੁਆ ਦੀ ਝੋਲੀ ਵਧਾਈਏ ਆਸਮਾਨ ਦਰ ਮੂੰਹ ਕਰਕੇ ਆ ਜੇ ਈਸਾ ਦਾ ਰੱਬ ਮੇਰੀਆਂ ਅੱਖਾਂ ਮੈਂ ਨਾ ਮੈਂ ਕਾਰੀ ਦੀ ਜ਼ਿਆਰਤ ਕਰਾਂ ਆਦਾ ਕੋਈ ਐਡਾ ਕਰੀਮ ਆਈ ਸਰ ਪਰਵਾਜ ਕਰੇਂਦਾ ਆਇਆ ਹੈ ਉੱਥੇ ਆਇਆ ਜਿੱਥੇ ਮੇਰੀ ਧੀ ਖੜੀ ਆਈ ਹੈ ਇੱਕ ਕਤਰਾ ਖੂਨ ਦਾ ਅੱਖਾਂ ਜਾਇਆ ਹੈ ਬਿਨਾਈ ਮਿਲ ਗਈ ਹੈ ਕਮਰ ਤੇ ਹੱਥ ਰੱਖ ਕੇ ਆਦੇ ਕਾਰੀਵਾ ਕਿਹੜਾ ਗਰੀਬ ਮਰ ਗਈਆਂ ਹੁਸੈਨ ਜਿਵੇਂ ਜਗਦਰ ਪਾਣੀ ਆਉਂਦਾ ਰਾ ਰਾ ਗਿਆ ਦੀ ਪਈ ਡਿੱਠਾ ਸਾਤ ਕਦਮਾ ਤੂੰ ਮੈਂ ਪਿਓ